ਹਾਂਜੀ ਸਰ, ਜੇਕਰ ਇੱਕ ਲੜਕਿਆਂ ਵੱਲੋਂ ਕੁਛ ਹਿਰਾਰਤੀ ਅਨਸਰਾਂ ਵੱਲੋਂ ਘਰ ਦੇ ਵਿੱਚ ਪੈਟਰੋਲ ਬੰਬ ਸੁੱਟੇ ਗਏ ਨੇ, ਕੀ ਮਾਮਲਾ ਸਰ? ਇਹਦੇ ਸੰਬੰਧ 'ਚ ਅਸੀਂ ਐੱਫ ਆਈ ਆਰ ਨੰਬਰ 44 ਦਰਜ ਕੀਤੀ ਹੈ ਅੰਡਰ ਦ ਐਕਸਪਲੋਸਿਵ ਐਕਟ ਦੇ ਵਿੱਚ, ਅਤੇ 336(3) ਐਕਸਪਲੋਸਿਵ ਐਕਟ 'ਚ ਦਰਜ ਕੀਤੀ ਹੈ। ਇਹ ਕੀਤੀ ਆ, ਬੰਦੇ 6 ਨੇ ਬਾਏ ਨੇਮ ਅਤੇ ਬਾਕੀ 3-4 ਬੰਦੇ ਅਨਨੋਨ ਨੇ, ਉਹ ਸੀ ਸੀ ਟੀ ਵੀ 'ਚ ਵੀ ਆਇਆ ਹੋਇਆ। ਇਹਦੇ 'ਚ ਅਸੀਂ 4 ਬੰਦੇ ਤਾਂ ਗ੍ਰਿਫਤਾਰ ਕਰ ਲਏ ਹੈ। 4 ਦੇ ਨਾਮ ਹੈਗੇ, ਇੱਕ ਦਾ ਨਾਂ ਹੈਗਾ ਕਰਨ ਗਡੋਮੀ, ਇੱਕ ਦਾ ਨਾਂ ਹੈਗਾ ਨਕੁਲ, ਇੱਕ ਦਾ ਨਾਂ ਹੈਗਾ ਸਿਧਾਰਥ, ਇੱਕ ਦਾ ਨਾਂ ਹੈਗਾ ਲਕਸ਼ੇ। ਅਤੇ ਜਿਹੜੇ 2 ਬੰਦੇ ਗ੍ਰਿਫਤਾਰ ਕਰਨੇ ਰਹਿੰਦੇ ਜਿਹੜੇ ਬਾਏ ਨੇਮ ਨੇ, ਉਹ ਹੈਗਾ ਇੱਕ ਵਰੁਣ ਅਤੇ ਇੱਕ ਹੈਗਾ ਅੰਸ਼ ਗੋਪੂ। ਇਹ ਬੰਦੇ ਗ੍ਰਿਫਤਾਰ ਕਰਨ ਉਹ ਰਹਿੰਦੇ ਨੇ। ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ। ਇੱਕ ਦੂਜਾ ਗਰੁੱਪ ਹੈ ਉਹਨਾਂ 'ਚ, ਉਹਦਾ ਵੀ ਜਿਹੜਾ ਕੋਈ ਸਰ ਉਹਨਾਂ ਦਾ ਹੈੱਡ ਆ, ਉਹਦਾ ਨਾਂ ਵੀ ਕਰਨ ਹੀ ਹੈ। ਇਹਦਾ ਜਿਹੜਾ ਕਰਨ ਗਡੋਮੀ ਆ, ਉਹਦਾ ਨਾਂ ਹੈ ਕਰਨ ਕਨੋਜੀ ਹੈ। ਹੁਣ ਜਿਹਦੇ ਘਰ ਇਹਨਾਂ ਨੇ ਸੁੱਟਿਆ ਹੈ, ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਹੈ। ਥੋੜ੍ਹੇ ਦਿਨ ਪਹਿਲਾਂ ਕੋਈ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਜਗਰਾਤਾ ਸੀ, ਇਹ ਪਹਿਲਾਂ ਇੱਕ ਹੀ ਪਾਰਟੀ ਸੀਗੀ, ਇੱਕੋ ਹੀ ਇਕੱਠੇ ਸੀਗੇ। ਉਹ ਜਗਰਾਤਿਆਂ ਨੂੰ ਲੈ ਕੇ ਕਿਸੇ ਦੀ ਫਲੈਕਸ ਬੋਰਡ 'ਤੇ ਫੋਟੋ ਨਹੀਂ ਲਾਈ, ਉਦੋਂ ਲੈ ਕੇ ਇਹਨਾਂ ਦੀ ਰੰਜਿਸ਼ ਹੋ ਗਈ। ਇਹਨਾਂ ਨੇ ਉੱਥੇ ਫਲੈਕਸ ਫੁਕਸ ਪਾੜਤੇ, ਅਤੇ ਉੱਥੇ 4 ਨੰਬਰ ਡਿਵੀਜ਼ਨ ਦੇ ਵਿੱਚ ਇਹਨੇ ਲੜਾਈ ਲੜੀ, ਉੱਥੇ ਇੱਕ ਪਰਚਾ ਦਰਜ ਹੈ। ਬਸ ਉਹਦੀ ਰੰਜਿਸ਼ ਦਾ, ਉਹਦਾ ਬਦਲਾ ਲੈਣ ਵਾਸਤੇ ਇਹਨਾਂ ਨੇ ਇਹ ਸਾਰਾ ਜਿਹੜਾ ਇਹ ਡਰਾਮਾ ਕੀਤਾ, ਵੀ ਉਹਦੇ ਰਾਤ ਨੂੰ ਸਵੇਰੇ ਤੜਕੇ 3:26 'ਤੇ ਇਹਦੇ ਘਰ ਉਹ ਸੁੱਟਿਆ, ਜਿਹੜਾ ਬੋਤਲ 'ਚ ਤੇਲ ਜਿਹਾ ਪਾ ਕੇ ਬੰਬ ਜਿਹਾ ਬਣਾ ਕੇ। ਸਰ ਕਿਸ ਤਰ੍ਹਾਂ ਇਹਨਾਂ ਨੇ ਬਣਾਇਆ? ਇਹ ਭਾਜੀ ਜਿਹੜੇ ਬੰਦੇ ਨੇ ਬਣਾਇਆ, ਉਹ ਬਣਾਇਆ ਤਾਂ ਯੂਟਿਊਬ ਤੋਂ ਦੇਖ ਕੇ ਹੀ ਆ, ਦੂਜੇ ਬੰਦਿਆਂ ਨੇ ਦੱਸਿਆ। ਪਰ ਬਣਾਇਆ ਜਿਹੜਾ ਆ ਉਹ ਹੈਗਾ ਵਰੁਣ, ਉਹ ਅਜੇ ਕਾਬੂ ਨਹੀਂ ਆਇਆ। ਸਰ ਕਿੰਨੀ ਕਿੰਨੀ ਉਮਰ ਦੇ ਨੇ ਜਿਹੜੇ ਫੜੇ ਨੇ? ਜਿਹੜੇ ਫੜੇ ਨੇ ਉਹ 'ਚ 3-3 ਬਾਲਕ ਨੇ, ਉਹਨਾਂ ਨੂੰ ਅਸੀਂ ਫੜ ਕੇ ਭੇਜਿਆ ਲੁਧਿਆਣੇ ਸੁਧਾਰ ਘਰ। ਇੱਕ ਜਿਹੜਾ ਹੈਗਾ ਉਹ ਹੈਗਾ ਜਿਹਦਾ ਨਾਂ ਹੈਗਾ ਕਰਨ ਗਡੋਮੀ, ਉਹਨੂੰ ਭੇਜਿਆ ਇੱਥੇ ਪਟਿਆਲੇ ਜੇਲ੍ਹ 'ਚੋਂ, 18+ ਹੈ। ਸਰ ਕਿੰਨੇ ਲੋਕ ਮੌਜੂਦ ਸੀ ਜਦੇ ਵਾਰਦਾਤ ਹੋਈ ਹੈ? ਕਿੰਨੇ ਲੋਕ ਮੌਜੂਦ ਸੀ ਘਰ? ਮੌਜੂਦ ਸੀਗੇ ਘਰ, ਹਾਂ ਉਹਨਾਂ ਦੇ ਘਰ ਵਿੱਚ ਕਿੰਨੇ ਮੌਜੂਦ ਸੀ ਜਦ ਬੰਬ ਸੁੱਟਿਆ? ਘਰ ਦਾ ਪਰਿਵਾਰ ਹੀ ਸੀ ਜੋ, ਉੱਥੇ 4 ਜਣੇ ਹੁੰਦੇ। ਸਰ ਇਹਨਾਂ ਦੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ? ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਅਜੇ ਨਹੀਂ। ਸਰ ਘਰ ਦੇ ਵਿੱਚ ਕੋਈ ਜਾਨੀ ਮਾਲੀ ਨਹੀਂ? ਬਖਸ਼ ਬਚਾਅ ਹੋਇਆ।